ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਅਸੀਂ ਆ ਗਏ ਹੈਗੇ ਹਾਂ ਜੀ ਸੋਹੋ ਰੋਡ 'ਤੇ। ਸੋਹੋ ਰੋਡ ਜੋ ਕਿ ਹੈ ਇੰਗਲੈਂਡ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਦੇ ਮਸ਼ਹੂਰ ਰੋਡ ਹੈ। ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਇੱਥੋਂ ਜਿਹੜੀ ਇਹ ਸੋਹੋ ਰੋਡ ਸਟਾਰਟ ਹੋ ਜਾਂਦੀ ਹੈ। ਤੁਸੀਂ ਦੇਖੋ ਕਿੰਨਾ ਵੱਡਾ ਇਹ ਗੁਰੂ ਘਰ ਹੈ, ਨਾਲ ਹੀ ਨਿਸ਼ਕਾਮ ਸੈਂਟਰ ਹੈ ਜੋ ਤੁਸੀਂ ਦੇਖ ਸਕਦੇ ਹੋ। ਇਸੋ ਜਿਹੜੀ ਕਿ ਅਸੀਂ ਸਟਾਰਟ ਕਰਾਂਗੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ। ਵਧੀਆ ਇਹਨਾਂ ਦੀ ਨਿਸ਼ਕਾਮ ਵਾਲਿਆਂ ਦਾ ਹੈਲਥ ਕੇਅਰ ਸੈਂਟਰ ਆ, ਸਾਰਾ ਦੇਖੋ। ਵਧੀਆ ਦੇਖੋ ਇੱਥੇ ਮਾਰਕੀਟ ਆ, ਸਾਰਾ ਕੁਛ ਇੱਥੇ ਮਿਲਦਾ। ਵੇਖੋ ਸੁਪਰ ਮਾਰਕੀਟ ਸੋਹੋ ਰੋਡ ਦੇ ਉੱਤੇ ਲਾਈਮੈਂਟ ਚਿੱਲੀ ਪੱਬ ਆ, ਅਤੇ ਮਿਊਜ਼ਿਕ ਵਗੈਰਾ, ਡਰਿੰਕ ਵਗੈਰਾ, ਪੀਣ ਨੂੰ, ਖਾਣ ਨੂੰ, ਬਾਰਬੀਕਿਊ ਵਗੈਰਾ, ਉਹ ਸਾਰਾ ਕੁਛ ਇੱਥੇ। ਆਹ ਦੇਖੋ ਜੀ ਹੁਣ ਸੋਹੋ ਰੋਡ ਦਾ ਨਜ਼ਾਰਾ, ਹਰ ਇੱਕ ਤਰ੍ਹਾਂ ਦੀਆਂ ਦੁਕਾਨਾਂ, ਅਤੇ ਸਾਡਾ ਪੰਜਾਬੀ ਕਲਚਰ ਆ ਉਹ ਵੀ ਤੁਹਾਨੂੰ ਦਿਖਾਉਂਦੀ ਹਾਂ ਅੱਗੇ ਜਾ ਕੇ। ਦੋਨੋਂ ਪਾਸੇ ਦੇਖੋ ਵਿਊ ਕਿੰਨਾ ਸੋਹਣਾ ਲੱਗ ਰਿਹਾ ਸੋਹੋ ਰੋਡ ਦਾ। ਅਤੇ ਨਾਲੇ ਅੱਜ ਦਿਨ ਬਹੁਤ ਚੰਗਾ ਆ, ਵੈਦਰ ਬਹੁਤ ਵਧੀਆ ਆ ਅੱਜ, ਅਤੇ ਆਹ ਤੁਹਾਨੂੰ ਦਿਖਾਈ ਜਾਂਦੇ ਹਾਂ। ਦੇਖੋ ਜੀ ਫਰਨੀਚਰ ਦੀ ਦੁਕਾਨ ਆ ਗਈ ਆ, ਇੱਦਾਂ ਹੀ ਇੱਥੇ ਬਾਹਰ ਲਾਇਆ ਹੁੰਦਾ ਆ ਮਸ਼ਹੂਰੀ ਵਾਸਤੇ। ਦੇਖੋ ਜੀ ਸੋਫੇ ਸੋਫੇ ਬੈੱਡ ਵਾਲਖਿੰਗ ਸਾਰਾ ਕੁਛ ਇੱਦਾਂ ਲੱਗਾ ਹੁੰਦਾ ਹੈ ਇੱਥੇ। ਗਾਹਕ ਆਪਣੀ ਮਨਪਸੰਦ ਆ ਇੱਥੋਂ ਚੁਣ ਕੇ ਤੁਸੀਂ ਸ਼ੋਪਿੰਗ ਕਰ ਸਕਦੇ ਹਾਂ। ਲਓ ਜੀ ਦੇਖੋ ਇੱਥੇ ਜਿਹੜਾ ਇੰਡੀਆ ਦਾ ICICI ਬੈਂਕ ਹੈ ਉਹ ਵੀ ਹੈਗਾ ਆ, ਅਤੇ ਬੈਂਕ ਹੋਰ ਵੀ ਹੈਗੇ ਆ, ਤਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਕਦੀ ਇਹ ਅਸੀਂ ਸੋਚਿਆ ਨਹੀਂ ਸੀਗਾ ਕਿ ਜਿਹੜੇ ਬੈਂਕ ਆ ਇੰਡੀਆ ਦੇ ਇੰਗਲੈਂਡ ਦੀ ਸੋਹੋ ਰੋਡ 'ਤੇ ਵੀ ਹੋਇਆ ਕਰਨਗੇ। ਫਿਰ ਮੇਰਾ ਖਿਆਲ ਹੈ 4 ਜਾਂ 5 ਟੋਟਲ ਬੈਂਕ ਆ ਜਿਹੜੇ ਇੰਡੀਆ ਦੇ ਇਹ ਸੋਹੋ ਰੋਡ ਦੇ ਉੱਤੇ ਖੁੱਲ੍ਹੇ ਹੋਏ ਆ। ਕੱਪੜਿਆਂ ਦੀਆਂ ਇੱਦਾਂ ਕੰਮਾਂ ਲੱਗੀਆਂ, ਰੇਟ ਲੱਗੇ ਆ। ਦੇਖੋ ਜੀ ਇੰਡੀਆ ਵਾਲੀ ਮੁਥੂਟ ਫਾਈਨਾਂਸ ਰੇਟਿੰਗ ਵਾਲੇ ਮਠਿਆਈ ਦੀਆਂ ਦੁਕਾਨਾਂ ਇੱਥੇ, ਜੇ ਆਪਾਂ ਗੱਲ ਕਰੀਏ ਮਠਿਆਈ ਦੀਆਂ ਦੁਕਾਨਾਂ ਬਹੁਤ ਜ਼ਿਆਦਾ। ਦੇਖੋ ਅੱਖਾਂ ਦਾ ਇੱਥੋਂ ਦੇਖੋ ਜੀ ਤੁਸੀਂ ਸਾਰਾ ਕੁਛ ਲੈ ਸਕਦੇ ਹਾਂ। ਦੇਖੋ ਜੀ ਦੇਸੀ ਸਵੀਟ ਆ ਗਈ ਸਾਰਾ ਕੁਛ ਤੁਸੀਂ ਇਹ ਆ ਗਿਆ ਜੀ। ਇੱਥੇ ਰੈਸਟੋਰੈਂਟ ਵੀ ਬਹੁਤ ਆ, ਅਤੇ ਆਹ ਦੇਖੋ ਸਾਰਾ ਇੱਧਰੋਂ ਵਿਊ ਆ ਸੋਹੋ ਰੋਡ ਦਾ। ਅਤੇ ਜੀ ਆਹ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਹ ਇੱਥੇ ਇਹ ਆ ਗਿਆ ਜੀ ਅੰਮ੍ਰਿਤਸਰੀ ਤੜਕਾ। ਹੈਗੀ ਹੈ ਜੀ ਇੱਥੇ ਚਾਂਦਨੀ ਚੌਂਕ, ਇਹ ਚਾਂਦਨੀ ਚੌਂਕ ਅਤੇ ਦਿੱਲੀ ਵਾਲੀ ਨਾ ਸਮਝ ਲਿਓ, ਅਤੇ ਸਾਡੇ ਸੋਹੋ ਰੋਡ ਦੇ ਉੱਤੇ ਇੱਥੇ ਚਾਂਦਨੀ ਚੌਂਕ ਆ, ਅਤੇ ਜਲੇਬੀਆਂ ਕੱਢਦੇ ਆ, ਰੈਸਟੋਰੈਂਟ ਆ, ਸਾਰਾ ਕੁਛ ਖਾਣ ਪੀਣ ਦਾ ਸਮਾਨ ਇੱਥੇ ਦੇਸੀ ਮਿਲਦਾ। ਪੰਜਾਬੀ ਕਲਚਰ ਦੇਖੋ ਲੋਕਾਂ ਨੇ ਕਿੱਦਾਂ ਸਾਂਭਿਆ ਸਾਰਾ ਹੀ। ਇਹ CNS ਜਿਹੜੀ ਆ ਹੋਮ ਸਟੋਰ ਆ, ਇੱਥੇ ਆਪਣਾ ਦੇਸੀ ਸਮਾਨ ਸਾਰਾ ਮਿਲਦਾ। ਆਹ ਦੇਖੋ ਜੀ ਕਦੀ ਅਸੀਂ ਸੋਚਿਆ ਨਹੀਂ ਸੀ ਸਾਨੂੰ ਇੱਥੇ ਪੀੜ੍ਹੀਆਂ ਵੀ ਮਿੱਠੀ ਮਿਲਿਆ ਕਰਨਗੀਆਂ। ਅਤੇ ਆਹ ਦੇਖੋ ਵਿੱਚ ਉਹਦੇ ਸਾਰੇ ਭਾਂਡੇ ਆ, ਆਹ ਦੇਖੋ ਜੀ ਪਲਾਸਟਿਕ ਦਾ ਸਾਰਾ ਸਮਾਨ ਆ, ਅਤੇ ਤੁਹਾਨੂੰ ਘੜੇ ਵੀ ਦਿਖਾਉਂਦੇ ਆ, ਘੜੇ ਵੀ ਪਏ ਆ। ਅਤੇ ਆਹ ਦੇਖੋ ਜੀ ਘੜੇ ਪਏ ਆ ਵਿੱਚ, ਭਾਂਡੀਆਂ ਪਈਆਂ ਆ, ਕੜਾਹੀਆਂ ਪਈਆਂ ਆ, ਗੈਸ ਪਏ ਆ। ਜਿਹੜਾ ਵੀ ਆਪਾਂ ਪੰਜਾਬ ਦੇ ਵਿੱਚ ਸਮਾਨ ਮਿੱਟੀ ਦਾ ਜਾਂ ਹੋਰ ਦੂਜਾ ਆਪਾਂ ਯੂਜ ਕਰਦੇ ਸੀ ਉਹ ਸਾਰਾ ਇੱਥੇ। ਇਹ ਜੇ ਤੁਸੀਂ ਕਿਸੇ ਬਾਅਦ ਪੰਜਾਬੀ ਆਪਾਂ ਨੂੰ ਹੈਗੀ ਆ ਲੋੜ ਆ ਨਾ, ਤਾਂ ਤੁਸੀਂ ਐਸੇ ਦੁਕਾਨ 'ਤੇ ਆਓ ਸੋਹੋ ਰੋਡ ਦੇ ਉੱਤੇ। ਕਿਹੜੀ ਦੁਕਾਨ ਹੈ ਇਹ? CNS ਹੋਮ ਸਟੋਰਸ। ਇੱਥੇ ਤੁਸੀਂ ਆਉਣਾ ਹੈ ਅਤੇ ਤੁਹਾਡੇ ਜਿਹੜਾ ਜਿੰਨਾ ਵੀ ਤੁਹਾਡਾ ਦੇਸੀ ਸਮਾਨ ਆ ਸਾਰਾ ਇੱਥੋਂ ਮਿਲ ਜੂ। ਬਾਕੀ ਗੁਰੂਆਂ ਮਹਾਰਾਜ ਦੀਆਂ ਫੋਟੋਆਂ ਸਾਰੀਆਂ
ਅਤੇ ਸਾਰਾ ਕੁਛ ਇੱਥੇ ਦੇਖੋ ਮੈਂ ਉਹਦੇ ਤੁਹਾਨੂੰ ਕਲੋਜ਼ ਅਪ ਕਰਕੇ ਦੱਸਦਾ ਪੂਜਾ ਦਾ ਸਮਾਨ ਹੈ ਜਿੰਨਾ ਸਾਰਾ ਸਾਰਾ ਇੱਥੋਂ ਮਿਲਦਾ ਹਾਂਜੀ ਅਤੇ ਸਰ ਕੋਈ ਤੁਹਾਨੂੰ ਕਿਸੇ ਵੀ ਚੀਜ਼ ਦੀ ਪੰਜਾਬੀ ਚੀਜ਼ ਦੀ ਦੇਸੀ ਚੀਜ਼ ਦੀ ਲੋੜ ਆ ਤੁਸੀਂ ਇੱਥੇ ਆ ਲਓ ਜੀ ਸਾਹਮਣੇ ਨਕੋਦਰ ਵਾਲਿਆਂ ਦੀ ਹੋ ਗਈ ਸਵੀਟ ਸ਼ੋਪ ਬਾਲੂ ਡਰਾਈਵਰਸ ਇੱਕ ਆ ਇੰਡੀਆ ਵਾਲੀ ਬੈਂਕ ਹੋਰ ਆ ਗਈ ਹੈ ਜੀ ਸਟੇਟ ਬੈਂਕ ਆਫ ਇੰਡੀਆ UK ਤਾਂ ਦੇਖੋ ਤੁਸੀਂ ਆਹ ਸਾਡੇ ਆ ਗਿਆ ਜੀ ਚਾਹ ਵਾਲਾ ਇੱਥੇ ਚਾਹ ਕੌਫੀ ਤੁਸੀਂ ਆ ਕੇ ਪੀ ਸਕਦੇ ਹੋ ਚਾਹ ਇਹਨਾਂ ਦੀ ਬੜੀ ਮਸ਼ਹੂਰ ਆ ਅਤੇ ਜੇ ਤੁਹਾਨੂੰ ਚਾਹ ਵਾਲਾ ਦੀ ਤੁਸੀਂ ਆਉਣਾ ਜੇ ਤੁਸੀਂ ਚਾਹ ਪੀਣੀ ਆ ਤਾਂ ਅਤੇ ਚਾਹ ਕੌਫੀ ਦੀ ਬੜੀ ਮਸ਼ਹੂਰ ਆ ਅਤੇ ਕਦੇ ਵੀ ਤੁਹਾਨੂੰ ਮੌਕਾ ਮਿਲੇ ਸੋਹਰ ਰੋਡ ਦੇ ਉੱਤੇ ਆਉਣ ਦਾ ਇੱਥੇ ਤੁਸੀਂ ਆਉਣਾ ਹੈ ਅਤੇ ਚਾਹ ਪਾਣੀ ਜਿਹੜਾ ਇੱਥੇ ਪੀਣਾ ਆ ਗਿਆ ਜੀ ਹੈਂਡਸ ਰੋਡ ਇੱਥੇ ਸਾਊਥ ਐਂਡ ਸਿਟੀ ਕਾਲਜ ਬਰਮੀ ਮੈਨੂੰ ਆਪਣਾ ਕਾਲਜ ਜਿੱਥੇ ਯਾਦ ਆ ਮੈਂ ਫਰੈਂਡ ਬਣਵਾਈ ਕਿਹਾ ਸੀ ਮੈਂ ਵੀ ਐਸੇ ਕਾਲਜ ਵਿੱਚ ਪੜ੍ਹਾਈ ਕਰਦਾ ਸੀ ਇਹ ਸੋਹਰ ਰੋਡ ਦੇ ਉੱਤੇ ਜੀ ਬਿਲਕੁਲ ਤੁਸੀਂ ਕਦੀ ਵੀ ਮਿਸ ਨਹੀਂ ਕਰ ਸਕਦੇ ਕੱਪੜਿਆਂ ਦੀਆਂ ਦੁਕਾਨਾਂ ਅਤੇ ਗਹਿਣਿਆਂ ਦੀਆਂ ਦੁਕਾਨਾਂ ਇੱਥੇ ਬਹੁਤ ਹੈ ਗਹਿਣੇ ਸੋਨੇ ਦੇ ਵੀ ਅਤੇ ਜਿਹੜੇ ਆਪਾਂ ਆਰਟੀਫਿਸ਼ਲ ਪਾਉਂਦੇ ਹਾਂ ਉਹ ਗਹਿਣੇ ਦੀ ਵੀ ਦੁਕਾਨਾਂ ਬਹੁਤ ਹੈ ਇੱਥੇ ਸਾਰੀਆਂ ਬੜੀਆਂ ਮਸ਼ਹੂਰ ਆ ਅਤੇ ਕਾਫੀ ਇੱਥੇ ਰਸ਼ ਰਹਿੰਦਾ ਆ ਹਮੇਸ਼ਾ ਅਤੇ ਸ਼ਾਮ ਨੂੰ ਖਾਸ ਕਰਕੇ ਹਮੇਸ਼ਾ ਇੱਥੇ ਰੌਣਕ ਲੱਗੀ ਰਹਿੰਦੀ ਹੈ ਬਾਜ਼ਾਰ ਦੇ ਵਿੱਚ ਤੁਹਾਨੂੰ ਬੈਂਕ ਹੋਰ ਦਿਖਾਉਂਦੇ ਹਾਂ ਜੀ ਆਹ ਆਪਣੀ ਹੋਰ ਇੰਡੀਆ ਦੀ ਬੈਂਕ ਆ ਗਈ ਹੈ ਬੈਂਕ ਆਫ ਬੜੌਦਾ ਅਤੇ ਆਹ ਜੀ ਇੱਥੇ ਦੀ ਮਸ਼ਹੂਰ SND ਮਾਰਕੀਟ ਅਤੇ ਆਹ ਦੇਖੋ ਧੁੱਪ ਕਰਕੇ ਬੈਂਕ ਦਿਸਦੀ ਨਹੀਂ ਸੀ ਤਾਂ ਹੁਣ ਸ਼ਾਇਦ ਸਕਰੀਨ 'ਤੇ ਦਿਸ ਰਹੀ ਹੈ ਬੈਂਕ ਆਫ ਬੜੌਦਾ ਹੈ ਇੰਡੀਆ ਦੇ ਵਿੱਚ ਆਪਣੇ ਕਿੱਥੇ ਵੀ ਇਹਨਾਂ ਦੀ ਬ੍ਰਾਂਚ ਹੈਗੀ ਹੈ ਸੋਹਰ ਰੋਡ ਕਾਫੀ ਵੱਡੀ ਆ ਅਤੇ ਮੈਂ ਦੋਨੋਂ ਪਾਸੇ ਤੁਹਾਨੂੰ ਦੁਕਾਨਾਂ ਦਿਖਾ ਰਿਹਾ ਹਾਂ ਦੇਖ ਲਓ ਸਾਰੇ ਪਾਸੇ ਦੁਕਾਨਾਂ ਗਰੋਸਰੀ ਫਰੂਟ ਗਹਿਣਿਆਂ ਦੀਆਂ ਕੈਮਿਸਟ ਸਾਰਾ ਕੁਛ ਕੇਕ ਦੀਆਂ ਸ਼ੋਪਾਂ ਸਾਰਾ ਕੁਛ ਤੁਹਾਨੂੰ ਦਿਖਾ ਰਿਹਾ ਹਾਂ ਕੇਕ ਬੋਕਸ ਅਤੇ ਸ਼ੋਪਾਂ ਹੈਗੀਆਂ ਬਿਨਾਂ ਜਿਹੜਾ ਕਿ ਆਂਡੇ ਤੋਂ ਸਾਰਾ ਇਹ ਕੇਕ ਵਗੈਰਾ ਕਰਦੇ ਆ ਅਤੇ ਦੇਖ ਲਓ ਜੀ ਸੋਹਰ ਰੋਡ ਦੀਆਂ ਰੌਣਕਾਂ ਲੱਗੀਆਂ ਪਈਆਂ ਉਹ ਸਾਹਮਣੇ ਬੱਸ ਆ ਗਈ ਹੈ ਬੱਸ ਸਰਵਿਸ ਬਹੁਤ ਹੈ ਇੱਥੇ ਨੂੰ 24 ਘੰਟੇ ਬੱਸ ਆ ਇਹ 74 ਇੱਥੇ ਇੱਕ ਸ਼ਹਿਰ ਆ ਵੈਸਟ ਬੰਗਲ ਤੋਂ ਅੱਗੇ ਡਡਲੀ ਉੱਥੇ ਤੱਕ ਇਹ ਜਾਂਦੀ ਆ ਅਤੇ ਬਰਮਿੰਘਮ ਸ਼ਹਿਰ ਤੱਕ ਸਿੱਖ ਸੈਂਟਰ ਤੱਕ ਤਾਂ ਤੁਸੀਂ 24 ਘੰਟੇ ਇਸ ਬੱਸ ਵਿੱਚ ਸਫ਼ਰ ਕਰ ਸਕਦੇ ਹੋ ਅਤੇ ਬਾਕੀ ਆ ਇੱਧਰ ਹੋਰ ਦੇਖਦੇ ਜਿਹੜੀਆਂ ਸ਼ੋਪਾਂ ਆ ਖਾਣ ਪੀਣ ਵਾਲੀਆਂ ਸੋਹਰ ਰੋਡ ਦੀ ਸੈਰ ਅੱਜ ਤੁਹਾਨੂੰ ਕਰਵਾ ਰਹੇ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹੋ ਹਜੇ ਸੋਹਰ ਰੋਡ ਕਾਫੀ ਲੰਬੀ ਆ ਕਾਫੀ ਦੂਰ ਤੱਕ ਜਾ ਰਹੀ ਆ ਹਜੇ ਅਤੇ ਇੱਥੇ ਤੱਕ ਹਜੇ ਅੱਧਾ ਏਰੀਆ ਸੋਹਰ ਰੋਡ ਦਾ ਪੱਕ ਹੋਇਆ ਹੈ ਅੱਧਾ ਏਰੀਆ ਤੁਹਾਨੂੰ ਹੋਰ ਦਿਖਾਉਂਦੇ ਹਾਂ ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਬਣੇ ਰਹਿਣਾ ਲਓ ਜੀ ਹੁਣ ਅਸੀਂ ਰੋਡ ਕ੍ਰੋਸ ਕਰ ਲਈ ਆ ਅਤੇ ਅਸੀਂ ਅੱਗੇ ਆ ਗਏ ਹਾਂ ਹੁਣ ਬਸ ਕੱਪੜਿਆਂ ਦੀਆਂ ਜਿੱਦਾਂ ਕਿ ਤੁਹਾਨੂੰ ਦੱਸਿਆ ਪਹਿਲਾਂ ਵੀ ਆਰਟੀਫਿਸ਼ਲ ਜਵੈਲਰੀ ਜਿਹੜੀ ਆ ਗਹਿਣਿਆਂ ਦੀਆਂ ਅਤੇ ਆਹ ਇੱਕ ਹੋਰ ਆ ਗਈ ਹੈ ਕੱਪੜਿਆਂ ਦੀ ਦੁਕਾਨ ਅਤੇ ਬਸ ਆਹ ਦੇਖੋ ਜੀ ਇੱਧਰ ਵੀ ਜਵੈਲਰੀ ਦੀ ਦੁਕਾਨ ਆ ਗਈ ਆ ਇੱਕ ਉਹ ਬੈਂਕ ਆਪਣੀ ਹੋਰ ਆ ਗਈ ਆ ਬੈਂਕ ਆਫ ਇੰਡੀਆ ਇੰਡੀਆ ਦੀ ਬੈਂਕ ਆ ਇੱਥੇ ਇੱਦਾਂ ਹੀ ਆਹ ਸਬਜ਼ੀਆਂ ਵਗੈਰਾ ਬਾਹਰ ਲਾਈਆਂ ਹੁੰਦੀਆਂ ਅਤੇ ਇੱਥੋਂ ਆ ਕੇ ਆਪਾਂ ਜਿਹੜੀ ਕਿ ਖਰੀਦਦਾਰੀ ਉਹ ਕਰ ਸਕਦੇ ਹਾਂ ਆਹ ਦੇਖੋ ਜੀ ਬੱਸ ਆ ਕੇ ਖੜ੍ਹ ਗਈ ਹੈ ਬੱਸ ਸਰਵਿਸ ਬੜੀ ਬੜੀ ਤੱਕ ਪਿੱਛੇ ਲਿਖਿਆ ਹੈ ਸਾਰਿਆਂ ਦੇ 5-5 ਮਿੰਟ ਦੀ ਸਰਵਿਸ ਆ ਇਹ ਵੀ ਆਪਾਂ ਨੂੰ ਕੋਈ ਤੰਗੀ ਨਹੀਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ 24 ਘੰਟੇ ਸੀ ਬੱਸ ਸਰਵਿਸ ਆ ਚੌਵੀ ਘੰਟੇ
ਸਾਡੀ ਬੱਸ ਸਰਵਿਸ ਆ ਅਤੇ ਕਦੇ ਵੀ ਤੁਸੀਂ ਬੱਸ ਦੇ ਵਿੱਚ ਆ ਕੇ ਤਾਂ ਆਪਣੀ ਗੱਡੀ ਜੇ ਤੁਸੀਂ ਲੈ ਕੇ ਆਉਂਗੇ ਤਾਂ ਫਿਰ ਸੋਹੋ ਰੋਡ 'ਤੇ ਇੱਥੇ ਜਾਮ ਲੱਗ ਜਾਂਦਾ ਆ ਅਤੇ ਫਿਰ ਦੇਖੋ ਤੁਸੀਂ ਸੋਹੋ ਰੋਡ 'ਤੇ ਕਿੰਨੀ ਰੌਣਕ ਲੱਗੀ ਆ ਸਾਰੀ ਕਮਿਊਨਿਟੀ ਦੇ ਲੋਕ ਫਿਰ ਰਹੇ ਆ ਸਾਰੀ ਕਮਿਊਨਿਟੀ ਦੇ ਲੋਕ ਫਿਰ ਰਹੇ ਆ ਜੋ ਆਪਣੇ ਲਾਈਫ ਇੰਜੋਏ ਕਰ ਰਹੇ ਸ਼ੋਪਿੰਗ ਕਰ ਰਹੇ ਆ ਦੇਖ ਲਓ ਜੀ ਸੋਹੋ ਰੋਡ ਦੀਆਂ ਰੌਣਕਾਂ